ਮੇਰੀ ਬੇਗਮ ਦਾ ਨਾ ਗਲਾ ਇੱਕ ਸਾਲ ਤੋਂ ਜ਼ਬਾਨ ਸ਼ੁਰੂ ਹੁੰਦੀ ਉੱਥੋਂ ਪਕੜਾ ਹਟਾਇਆ ਨਹੀਂ। ਠੀਕ ਹੈ, ਬੈਠ ਜਾ। ਇੱਕ ਸਵਾਲ ਹੈ, ਭਾਈ ਸਾਹਿਬ ਨੇ ਸਵਾਲ ਪੁੱਛਿਆ ਹੈ ਕਿ ਮੇਰੀ ਵਾਈਫ ਕਾ ਜੋ ਗਲਾ ਜਹਾਂ ਸੇ ਜ਼ਬਾਨ ਸ਼ੁਰੂ ਹੋਤੀ ਹੈ ਵਹਾਂ ਸੇ ਖਰਾਬ ਹੈ, ਠੀਕ ਨਹੀਂ ਹੁੰਦਾ। ਮੇਰੇ ਮੋਹਤਰਮ ਭਾਈਓ, ਜ਼ਿੰਦਗੀ ਮੇਂ ਆਪਕੇ ਗਲੇ ਕਾ ਕੋਈ ਵੀ ਮਸਲਾ ਹੈ, ਤੀਨ ਕਾਮ ਕਰੋ। ਸਭਸੇ ਪਹਿਲਾ ਕਾਮ, ਅਜਵਾਈਨ, ਨਮਕ ਔਰ ਹਲਦੀ। ਨਮਕ ਬਹੁਤ ਕਮ ਡਾਲਨਾ ਹੈ। ਪਾਣੀ ਕੋ ਗਰਮ ਕਰੋ, ਇਸਕੇ ਗਰਾਰੇ ਕਰੋ, ਇਸ ਪਾਣੀ ਕੇ ਹਰ ਦੋ ਘੰਟੇ ਕੇ ਬਾਅਦ ਗਰਾਰੇ ਕਰੋ। ਔਰ ਯੇ ਜੋ ਇੱਕ ਗਲਾਸ ਦੂਧ, ਹਲਦੀ, ਦਾਲਚੀਨੀ, ਸੌਂਫ, ਤਿੰਨੋ ਚੀਜ਼ਾਂ, ਆਦੀ ਆਦੀ ਚਾਹ ਕੀ ਚਮਚ ਔਰ ਦੋ ਸਬਜ਼ ਇਲਾਚੀਆਂ, ਯੇ ਹਲਦੀ ਦਾਲਚੀਨੀ ਵਾਲਾ ਦੂਧ ਸੁਬਹਾ ਵੀ ਪੀਓ, ਦੁਪਹਿਰ ਵੀ ਪੀਓ, ਸ਼ਾਮ ਵੀ ਪੀਓ, ਦੋ ਚੀਜ਼ਾਂ। ਤੀਸਰੇ ਨੰਬਰ 'ਤੇ ਦੇਸੀ ਹਲਦੀ ਲਓ, ਮੂੰਹ ਮੇਂ ਛਾਲੇ ਹੋ ਜਾਏ ਗਲੇ, ਜਿਸਕੋ ਟੌਨਸਲਾਈਟਸ ਕਹਿੰਦੇ, ਅਕਸਰ ਬੱਚੋਂ ਕੇ ਗਲੇ ਪੱਕ ਜਾਂਦੇ ਹੈ। ਮੇਰੇ ਮੋਹਤਰਮ ਭਾਈਓ, ਹਲਦੀ ਹਰ ਤੀਨ ਘੰਟੇ ਕੇ ਬਾਅਦ ਉਂਗਲੀ ਗੀਲੀ ਕਰੋ, ਹਲਦੀ ਲਓ ਔਰ ਵਹਾਂ ਜਹਾਂ ਜਹਾਂ ਜ਼ਖਮ ਹੈ ਹਲਦੀ ਲਗਾ ਦਿਓ, ਬਿਹਤਰੀਨ ਇਲਾਜ ਹੈ।